ಸಾಜಿಕ ಸರಣಿಗೆ ಜಸ್ಟ್ ಸ್ವಾಗತ. ಗಲ್ಲ ಬಾತದ ರೋಮಾಂಚಿಕ ಹಿಮಾನು ಸೀರೀಸ್ ਦੇ ਵਿੱਚ ਹਮਾਨੀ ਆਪਦੇ ਚੈਨਲ ਤੇ ਤੂੰ ਪਾਉਂਦੀ ਨਹੀਂ ਤੇ ਇੱਧਰ ਬਾਲੀ ਬਿਜ਼ੀ ਹੋ ਪਈ ਆ. ਫਾਈਨਲੀ ਹਮਾਨੀ ਨਾਲ ਪ੍ਰੈਂਕ. ਹਮਾਨੀ ਦੇ ਹਾਲਾਤ ਹੋਏ ਖਰਾਬ, ਹਾਲਤ ਹੋਈ ਖਰਾਬ. ਚਲ ਹਮਾਨੀ ਦੀ ਹਾਲਤ ਖਰਾਬ ਹੀ ਹੈ ਵੈਸੇ ਵੀ. ਸੋ ਆਓ ਗੱਲਾਂ ਬਾਤਾਂ ਦਾ ਰੋਮਾਂਚਿਕ ਪ੍ਰੋਗਰਾਮ ਸ਼ੁਰੂ ਕਰੀਏ ਤੇ ਵੇਖਦੇ ਹਾਂ ਹਮਾਨੀ ਨੇ ਕੀ ਕੀਤਾ, ਵਿੱਚ ਕਿਹੜਾ ਪ੍ਰੈਂਕ ਕੀਤਾ. ਚਲ ਜੀ, ਵੈਲਕਮ ਟੂ ਅਵਰ YouTube ਚੈਨਲ. ਜੀ ਦਾ ਨਾਮ ਹੈ ਅਮਨ ਜਸ ਵਲੌਗਸ. ਸੋ ਅਸੀਂ ਆ ਗਏ ਨਵੇਂ ਚੈਲੰਜ ਦੇ ਨਾਲ ਤੇ ਨਵੇਂ ਚੈਨਲ ਦੇ ਨਾਲ. ਕੀ ਖਾਧਾ ਰਾਤ ਨੂੰ ਨਵੇਂ ਚੈਨਲ? ਅਸੀਂ ਕਿਹਾ ਸੀ ਕਿ ਧਿਆਨ ਨਾਲ, ਮੈਨੂੰ ਨਹੀਂ ਸੁਣਿਆ. ਅੱਛਾ, ਚੈਲੰਜ ਦੇ ਨਾਲ. ਪ੍ਰੈਂਕ ਦੇ ਨਾਲ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ. ਤੇਰੇ ਵੀ ਬਲਕਮ ਬੰਦੀ ਹੈ ਮੇਰੇ ਲੈ ਕੇ ਆਓ. ਹਾਂ, ਤੇ ਮੈਂ ਪ੍ਰੈਂਕ ਲੈ ਕੇ ਆਇਆ ਅਮਨ ਔਰ ਹਿਮਾਨੀ ਦੇ ਪ੍ਰੈਂਕ ਲੈ ਕੇ ਆਇਆ. ਅਸੀਂ ਅੱਜ ਕਰਨ ਲੱਗੇ ਆ ਹੌਰਰ ਚੈਲੰਜ. ਉਹਨਾਂ ਦੇ ਹਿਸਾਬ ਨਾਲ ਚੈਲੰਜ ਹੈ, ਬਟ ਮੈਂ ਵਿੱਚ ਪ੍ਰੈਂਕ ਕਰੂੰਗਾ. ਸੋ ਸਾਰੇ ਜੁੜੇ ਰਹੋ. ਮੈਂ ਨੀਚੇ ਆ ਕੇ ਵਲੌਗ ਬਣਾ ਰਿਹਾ, ਵੀਡੀਓ ਬਣਾ ਰਿਹਾ ਮੈਂ, ਕਿਉਂਕਿ ਉੱਪਰ ਆਵਾਜ਼ ਆਉਂਦੀ. ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਾਲ ਕਰਨ ਚੱਲਾਂ, ਮੈਨੂੰ ਜ਼ਰੂਰੀ ਕਾਲ ਆ ਰਹੀ ਹੈ, ਤੇ ਮੈਂ ਕਾਲ ਕਰਨ ਚੱਲਾਂ. ਸੋ ਬਣਾ ਰਿਹਾ. ਸੋ ਪ੍ਰੈਂਕ ਦੇ ਨਾਲ ਲਾਸਟ ਤੱਕ ਜੁੜੇ ਰਹੋ, ਬਹੁਤ ਘੈਂਟ ਹੋਣ ਵਾਲਾ. ਤੇ ਇਹਨੂੰ ਪ੍ਰੈਂਕ ਨੂੰ ਸੀਰੀਅਸ ਨਾ ਲਿਓ, ਇਹ ਜਸਟ ਆਫ ਇੱਕ ਪ੍ਰੈਂਕ ਆ. ਠੀਕ ਹੈ ਜੀ? ਤੂੰ ਬਣਾਉਣਾ ਹੀ ਕਾਹਤੋਂ ਹੈ? ਜੇ ਸੀਰੀਅਸ ਨਹੀਂ ਲੈਣਾ ਤਾਂ ਦੱਸ. ਅਮਨ ਪ੍ਰੈਂਕ ਹੋਣ ਜਾ ਰਿਹਾ. ਸੋ ਬੜੇ ਕਮੈਂਟ ਆ ਰਹੇ ਨਾ, ਸੋ ਲਾਸਟ ਤੱਕ ਜੁੜੇ ਰਹੋ, ਬਹੁਤ ਹੀ ਮਜ਼ਾ ਆਉਂਦਾ. ਕਮੈਂਟ ਕਰਦਾ ਜਿਹੜੇ ਨੂੰ ਸਤਿ ਸ਼੍ਰੀ ਅਕਾਲ ਜੀ, ਅਸੀਂ ਆ ਗਏ ਅੱਜ ਨਵੇਂ. ਅੱਛਾ, ਸਾਰੇ ਜਾਮਣੀ ਬਣੇ ਪਲੇਟਾਂ 'ਚ, ਮੋਮਬੱਤੀਆਂ ਕਾਹਤੋਂ ਰੱਖੀਆਂ? ਮੈਗੀ ਬਣਾਉਣੀ ਹੈ ਇਹਦੇ 'ਚ? ਹਾਏ ਹਾਏ ਰੱਬਾ, ਇਹ ਕਿਹੜੇ ਪ੍ਰੈਂਕ ਆ ਯਾਰ! ਕੋਈ ਦੀਵਾ ਲਾ ਲੈਂਦਾ, ਕੋਈ ਮੋਮਬੱਤੀਆਂ ਲਾ ਲੈਂਦਾ, ਪਲੇਟ 'ਚ ਮੋਮਬੱਤੀ. ਚਲ ਮੋਮ ਇਕੱਠੀ ਕਰਕੇ ਪੀਣਗੇ ਜਦੋਂ ਪਿਘਰ ਗਈ. ਚੈਲੰਜ ਦੇ ਨਾਲ ਬਹੁਤ ਟਾਈਮ ਤੋਂ ਸਾਰੇ ਲੋਕਾਂ ਨੂੰ ਵੇਟ ਸੀ ਕਿ ਘੋਸਟ ਚੈਲੰਜ ਜਾਂ ਫਿਰ ਭੂਤ ਚੈਲੰਜ ਲੈ ਕੇ ਆਓ, ਤੇ ਤੁਸੀਂ ਦੇਖਣਾ ਚਾਹੁੰਦੇ ਹੋ ਵੀ ਇਹ ਸੱਚ ਹੁੰਦਾ ਕਿ ਨਹੀਂ ਹੁੰਦਾ. ਅਸੀਂ ਵੀ ਅੱਜ ਤੱਕ ਯੂਟਿਊਬ ਦੀ ਵੀਡੀਓਜ਼ ਤੇ ਹੀ ਦੇਖਿਆ ਆ, ਬਹੁਤ ਸਾਰੇ ਲੋਕਾਂ ਨੇ ਘੋਸਟ ਚੈਲੰਜ ਅਲੱਗ ਅਲੱਗ ਤਰੀਕੇ ਨਾਲ ਕੀਤਾ ਆ. ਅੱਜ ਅਸੀਂ ਵੀ ਇਹ ਕਰਕੇ ਦੇਖਾਂਗੇ, ਬਟ ਆਪਣੇ ਤਰੀਕੇ ਨਾਲ. ਹਾਂ, ਆਪਣੇ ਤਰੀਕੇ ਨਾਲ. ਤੇ ਹੁਣ ਪਤਾ ਨਹੀਂ ਕੀ ਹੁੰਦਾ ਹੈ ਕੀ ਨਹੀਂ ਹੁੰਦਾ. ਅਸੀਂ ਕੈਂਡਲ ਜਲਾ ਲਈਆਂ ਤੇ ਸਾਰੇ ਘਰ ਦੀਆਂ ਲਾਈਟਸ ਆਫ ਕਰਤੀਆਂ, ਔਰ ਰਾਤ ਦੇ ਵਜੇ ਹੋਏ ਆ 12 ਵਜੇ ਪਹਿਰੇਦਾਰ ਆ ਜਾਂਦਾ ਤੁਹਾਡੇ, ਸਾਡੇ ਤਾਂ 1:30-2 ਵਜੇ ਤੱਕ ਆਉਂਦਾ. ਇੰਨਾ ਲੈਕਚਰ ਦੇਣ ਨੂੰ ਕੀ ਆ? ਪ੍ਰੈਂਕ ਸ਼ੁਰੂ ਕਰੋ, 33 ਮਿੰਟਾਂ ਦਾ ਵਲੌਗ ਬਣਾ ਰੱਖਿਆ. ਇੱਕ ਤਾਂ ਲੈਕਚਰਾਰ ਜੀ ਨਾ, ਇਹ ਨਿਰੀਹੀ ਕੀ ਕਵਾਂ ਮੈਂ. ਸਤਿ ਸ਼੍ਰੀ ਅਕਾਲ ਹੈ, 12 ਵਜੇ ਆਪਾਂ ਕਰਕੇ ਦੇਖਦੇ ਹਾਂ, ਕਿਉਂਕਿ ਕਹਿੰਦੇ ਆ ਕਿ ਰਾਤ ਨੂੰ ਵੀ ਜਿਹੜੇ ਗੋਸਟ ਹੁੰਦੇ ਉਹਨੂੰ ਬੋਲ ਲੈਂਦੇ ਕੁਛ. ਵੈਸੇ ਵੀ ਬਾਰਿਸ਼ ਦਾ ਮੌਸਮ ਹੈ, ਐਕਟਿਵ ਨੂੰ ਬੋਰਨਵੀਟਾ ਪੀਂਦਾ ਨਾ, ਰਾਤ ਨੂੰ ਗੋਸਟ. ਤੁਹਾਡੇ ਘਰੇ ਗੋਸਟ ਕਿੱਥੋਂ ਆਜੂਗਾ? ਕਪਾਠ ਪੂਜਾ ਨਹੀਂ ਕਰਦੇ ਇੱਥੇ? ਰਾਤ ਨੂੰ ਜਿਹੜੇ ਆ ਗੋਸਟ ਜ਼ਿਆਦਾ ਐਕਟਿਵ ਹੁੰਦੇ ਆ. ਇੰਨਾ ਵੀ ਚੱਬ ਚੱਬ ਕੇ ਨਹੀਂ ਬੋਲਣਾ ਹੁੰਦਾ, ਸਾਇੰਸ ਟੀਚਰ ਹੀ ਹੈ. ਬਿਜਲੀ ਕੜਕ ਰਹੀ ਹੈ, ਬਿਜਲੀ ਕੜਕ ਰਹੀ ਹੈ. ਸੋ ਕਹਿੰਦੇ ਹੁੰਦੇ ਆ ਵੀ ਇਹੋ ਜਿਹੇ ਟਾਈਮ ਦੇ ਵਿੱਚ ਜਿਹੜੇ ਗੋਸਟ ਹੁੰਦੇ ਆ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਆ. ਸੋ ਅੱਜ ਅਸੀਂ ਵੀ ਗੋਸਟ ਆ ਰਿਹਾ ਕਿ ਗੰਡੋਆ ਆ ਰਿਹਾ? ਪਹਿਲਾਂ ਤਾਂ ਮੈਨੂੰ ਐਂ ਦੱਸ, ਗੋਸਟ ਬਹੁਤ ਜ਼ਿਆਦਾ ਸਟਰੋਂਗ ਹੁੰਦੇ ਆ? ਤੜਕੇ ਕੀ ਸੁੱਤੇ ਰਹਿੰਦੇ ਹੋ? ਕੜਕੇ ਕਿਵੇਂ ਕਮਜ਼ੋਰੀ ਆ ਜਾਂਦੀ ਹੈ ਉਹਨਾਂ ਨੂੰ? ਗੋਸਟ ਤੇਜ਼ ਹੁੰਦੇ ਆ, ਪ੍ਰੈਂਕ ਕੀ ਕਹੀ ਜਾਂਦੀ ਹੈ. ਹਮਾਨੀ ਵਿਚਾਰੀ, ਇਹਨਾਂ ਨੂੰ ਕਹਿਤਾ ਨਾ ਹਮਾਨੀ ਲੈ ਲਿਆ ਕਰ, ਜਿਹੜਾ 2000 ਲੈਣਾ ਮਹੀਨੇ ਸਾਡੇ ਚੈਨਲ 'ਤੇ ਵਲੌਗ ਬਣਾ ਲਾ. ਆਪਦੇ ਢੂਈ ਮਾਰ ਤੋਂ ਕੀ ਕਰਨੇ ਵਲੌਗ ਬਣਾ ਕੇ? ਵਾਲ ਸੈੱਟ ਕਰ ਲੋ ਪਹਿਲਾਂ, ਮੈਂ ਸੁਣਿਆ ਖੁੱਲੇ ਵਾਲਾਂ ਨੂੰ ਜ਼ਿਆਦਾ ਚਿਪੜਦਾ ਭੂਤ. ਸੱਚ ਹੈ ਕਿ ਨਹੀਂ? ਭੂਤ ਨੂੰ ਬੁਲਾਵਾਂਗੇ ਆਪਣੇ ਤਰੀਕੇ ਨਾਲ, ਸਾਰੇ ਜਣੇ ਕੋਸ਼ਿਸ਼ ਕਰਨਗੇ. ਠੀਕ ਹੈ? ਤੇ ਜੇ ਤੁਹਾਡੇ ਬਾਵੇ ਵਾਲੇ ਲੱਛਣ ਹੋਏ ਨਾ ਬਚਨੇ, ਤੁਸੀਂ ਵੀ ਨਹੀਂ, ਮੈਂ ਪਹਿਲਾਂ ਕਹੀ ਹਨ, ਕੀ ਮੇਲ ਕਰੋਗੇ ਭੂਤ ਨੂੰ? ਆਓ ਵੇਖੀਏ ਕੀ ਲੱਛਣ ਖਿਲਾਰਦੇ ਆ. ਸੋ ਇਹ ਜਿਹੜਾ ਆਪਣਾ ਕਰਦੇ ਪਏ ਚੈਲੰਜ, ਇਹਨੂੰ ਬੜਾ ਸੀਰੀਅਸ ਨਾ ਲਿਓ. ਠੀਕ ਹੈ ਜੀ? ਬਹੁਤ ਸਾਰੇ ਲੋਕਾਂ ਨੇ ਆਲਰੇਡੀ YouTube ਤੇ ਕੀਤਾ ਹੋਇਆ ਕੀਤਾ ਹੈ, ਸੋ ਅਸੀਂ ਵੀ ਤਾਂ ਹੀ ਕਰ ਰਹੇ ਹਾਂ. ਸੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ, ਲੋਕ ਤਾਂ ਖੂਹਾਂ 'ਚ ਛਾਲ ਮਾਰ ਜਾਂਦੇ ਆ, ਤੁਸੀਂ ਵੀ ਮਾਰ ਜਾਓ ਮਗਰ ਲੱਗ ਕੇ ਉਹਨਾਂ ਦੇ. ਸੀਰੀਅਸ ਨਾ ਲਿਓ, ਨਹੀਂ ਲੈਂਦੇ. ਸੋ ਆਪਾਂ ਹਿਮਾਨੀ ਤੋਂ ਸ਼ੁਰੂ ਕਰਦੇ. ਹਿਮਾਨੀ ਪਹਿਲਾਂ ਬੁਲਾਊਗੀ. ਵੈਸੇ ਵੀ ਬਹੁਤ ਜ਼ਿਆਦਾ ਡਰ ਲੱਗਦਾ ਪਿਆ, ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਤੋਂ ਵੈਸੇ ਬਹੁਤ ਡਰ ਲੱਗਦਾ. ਸਹੀ ਗੱਲ, ਬਲੌਗ ਤਾਂ
ਤੇ ਆਪਣੇ ਘਰ ਚ ਬੁਲਾ ਤੇ ਕੌਨਫੀਡੈਂਸ ਨਾਲ ਉੱਚੀ ਬੋਲ ਕੇ ਠੀਕ ਹੈ ਤੇ ਸੀਰੀਅਸ ਸੋ ਨਾਓ ਸਟਾਰਟ ਭੂਤ ਤੁਮ ਜਹਾਂ ਕਹੀਂ ਵੀ ਹੋ ਯਹਾਂ ਆ ਜਾਓ ਕੀ ਗੱਲ ਤੇਰੇ ਭੂਤ ਨੇ ਆਈਲੈਟਸ ਨਹੀਂ ਕੀਤੀ ਹਿੰਦੀ ਆਉਂਦੀ ਇਕੱਲੀ ਉਹਨੂੰ ਭੂਤ ਤੁਮ ਜਹਾਂ ਹੋ ਆ ਜਾਓ ਤੁਹਾਡੇ ਸਾਥ ਕਿਆ ਵੋ ਆ ਕੇ ਰੀਲ ਸ਼ੂਟ ਕਰੇ ਹਾਏ ਹਾਏ ਇੰਨਾ ਵਾਹੀਅਤ ਕੰਟੈਂਟ ਇਹ ਤਾਂ ਵੈਸੇ ਗੁੱਸਾ ਕਰਨ ਵਾਲਾ ਹੈ ਹੀ ਨਹੀਂ ਬਾਬਾ ਐਵੇਂ ਲੱਛਣ ਖਿਲਾਰੀ ਜਾਂਦਾ ਸੀਗਾ ਫਿਰ ਭੂਤ ਤੁਮ ਜਾਓ ਆ ਜਾਓ ਇਹ ਸੁਣ ਕੇ ਕਿਤੇ ਹੋਰ ਨਾ ਦੋ ਮਹੱਲੇ ਛੱਡ ਕੇ ਚੱਲ ਜਾਓ ਮੈਂ ਨਹੀਂ ਰਹਿਣਾ ਇੱਥੇ ਘਰ 'ਚ ਮੈਂ ਚੱਲਿਆ ਚਲੋ ਭੂਤ ਆਏ ਲੈ ਇੱਥੇ ਆ ਜਾ ਜਿੰਨੇ ਆਉਣਾ ਸੀ ਉਹ ਤਾਂ ਆਇਆ ਨਹੀਂ ਭੂਤ ਐ ਕਿਵੇਂ ਆਜੂਗਾ ਇੰਗਲਿਸ਼ 'ਚ ਵੀ ਬੋਲ ਕੇ ਵੇਖ ਕੀ ਪਤਾ ਅਗਲਾ ਬਾਹਰ ਚੱਲਾ ਹੋਵੇ ਕੈਨੇਡਾ ਵਾਲੀ ਫਲਾਈਟ ਫੜਨ ਤੇ ਤੇਰੇ ਕੋਲ ਆ ਜੇ ਆਈਲੈਟਸ ਕੀਤੀ ਹੋਵੇ ਭੂਤ ਨੇ ਕੀ ਪਤਾ ਉਹ ਭਰਾਵਾ ਐਡਾ ਕੀ ਕਹਾਂ ਮੈਂ ਰੱਦੀ ਪਰੈਂਕ ਹੀ ਆ ਜਾਵਾਂ ਭੂਤ ਤੂੰ ਆ ਜਾਓ ਤੁਹਾਡੇ ਲਈ ਮੈਗੀ ਬਣਾਈ ਹੈ ਪਲੇਟ ਮੇਂ ਕੀ ਯਾਰ ਓਏ ਥੱਲੇ ਮੂੰਹ ਕਰ ਚੱਕ ਹੀ ਜਾਂਦਾ ਉਹਦੇ ਕੰਨੀ ਲੈ ਆ ਜਾ ਆਇਆ ਨੀ ਆਇਆ ਨੀ ਤੁਸੀਂ ਕੋਸ਼ਿਸ਼ ਕਰੋ ਅੱਲ ਇਹ ਤਾਂ ਆਪ ਵਾਪਸ ਆ ਗਈ ਕੈਨੇਡਾ ਤੋਂ ਇਹਦੀ ਕੋਸ਼ਿਸ਼ ਮੰਨੀ ਕੀ ਆਊਗਾ ਜੇ ਤੂੰ ਇੱਥੇ ਆ ਤਾਂ ਕੋਈ ਇਸ਼ਾਰਾ ਦੇ ਪੱਤੇ ਤੇ ਪੱਤਾ ਖੇਡਣਾ ਇਸ਼ਾਰਾ ਦੇ ਇਹਨੂੰ ਜੇ ਤੂੰ ਨੇੜੇ ਤੇੜੇ ਹੈ ਤਾਂ ਕੋਈ ਇਸ਼ਾਰਾ ਦੇ ਪੂਤ ਤੂੰ ਸਾਡੇ ਪੰਜਾਬ ਤੋਂ ਹੀ ਸਾਨੂੰ ਨਹੀਂ ਪਤਾ ਸੀ ਤੂੰ ਕਿਤੇ ਵੀ ਹੈ ਤਾਂ ਇਸ਼ਾਰਾ ਦੇ ਮਾਨੀ ਦੇ ਚੱਪਲ ਮਾਰ ਮੂੰਹ ਤੇ ਚਲੋ ਇਸ਼ਾਰਾ ਦਿਓ ਇਹਨੂੰ ਪਹਿਲਾਂ ਪੂਤ ਕੋਈ ਰਿਸਪੌਂਸ ਨਹੀਂ ਦੇ ਰਿਹਾ ਸੁਹੀ ਮਾਨੀ ਦੇ ਪਿੱਛੇ ਪਰਛਾਵਾਂ ਹੈ ਚੱਲ ਸੋ ਮੈਂ ਟਰਾਈ ਕਰਦਾ ਚਲ ਤੇਰੀ ਤਾਂ ਸੁਣੀ ਖੜਾ ਤੇਰੀ ਤੇਰੀ ਘਰ ਵਾਲੀ ਨਹੀਂ ਸੁਣਦੀ ਤੇਰੀ ਅੱਲ ਸ਼ਹਿਰੂ ਖਾਣੀ ਬੜਾ ਖਰਾ ਗਰੀਬਾਂ ਨੂੰ ਹੱਲ ਜੇ ਤੂੰ ਹੈਗਾ ਆ ਤੇ ਸਾਹਮਣੇ ਆ ਜਾ ਅੱਛਾ ਆ ਜਾ ਸਾਹਮਣੇ ਹਿਮਾਨੀ ਦੇ ਬਾਲ ਹਿਲਾ ਕੇ ਕੋਈ ਹਰਕਤ ਕਰ ਚਲ ਜੇ ਹੈਗਾ ਆ ਅਮਨ ਦੀ ਮੋਮਬੱਤੀ ਬਜਾ ਦੇ ਆਹੋ ਅਮਨ ਦੀ ਮੋਮਬੱਤੀ ਬੁਝਾ ਦੇ ਤੇ ਬਾਅਦ ਚੋਂ ਆਪਾਂ ਕੇਕ ਕੱਟਾਂਗੇ ਹੈਪੀ ਬਰਥਡੇ ਮਨਾਵਾਂਗੇ ਤੇਰਾ ਕੀ ਘੁੱਸੀਆਂ ਭੁਰੀ ਜਾਂਦਾ ਯਾਰ ਚੰਗੇ ਭਲੇ ਸਿਆਣੇ ਹੋ ਗਏ ਲੱਛਣ ਖਿਲਾਰਦੇ ਇਹ ਦੱਸ ਕੀ ਯਾਰ ਕੰਟੈਂਟ ਤਾਂ ਵਾਕਈ ਨਾ ਖਤਮ ਹੀ ਹੋ ਗਿਆ ਦੁਨੀਆਦਾਰੀ 'ਚ ਭੂਤ ਅਮਨ ਦੀ ਮੋਮਬੱਤੀ ਬੁਝਾ ਦੇ ਅਮਨ ਨਾ ਬੁਝਾ ਦੇ ਕਿਤੇ ਹੋ ਝੱਕਦਾ ਫਿਰ ਇੱਦਾਂ ਹੇਠਾਂ ਭੱਜਿਆ ਵੀ ਨਹੀਂ ਜਾਣਾ ਚੱਕ ਕੇ ਤੇਰੇ ਤੋਂ ਉਹਨੂੰ ਕੋਈ ਚੀਜ਼ ਹਿਲਾ ਅੱਲ ਕੀ ਹਿਲਾ ਹਿਲਾ ਕਰੋ ਕੋਸ਼ਿਸ਼ ਕਰੋ ਸਾਰੇ ਦੋਨੋਂ ਤਿੰਨੇ ਆ ਤੁਸੀਂ ਕਰੋ ਤਿੰਨੇ ਆਣੇ ਚਲੋ ਇਕੱਠੇ ਬੋਲ ਕੇ ਦੇਖੀਏ ਤਿੰਨੋਂ ਜਾਣੇ ਇਕੱਠੇ ਬੋਲਦੇ ਚਲੋ ਚਲੋ ਬੋਲੋ ਭੂਤ ਜੇ ਤੂੰ ਹੈ ਤਾਂ ਆ ਜਾ ਭੂਤ ਜੇ ਤੂੰ ਹੈ ਤਾਂ ਆ ਜਾ ਭੂਤ ਜੇ ਤੂੰ ਹੈ ਤਾਂ ਕੋਈ ਇਸ਼ਾਰਾ ਦੇ ਭੂਤ ਜੇ ਤੂੰ ਹੈ ਤਾਂ ਕੋਈ ਇਸ਼ਾਰਾ ਦੇ ਭੂਤ ਜੇ ਤੂੰ ਹੈ ਵਾਕੀ ਨਾ ਭੂਤਾਂ ਵਾਲਾ ਕੰਮ ਵਾਕੀ ਨਾ ਖੱਚ ਹੀ ਹੈ ਆਹ ਕੌਣ ਆ ਗਿਆ ਇੱਕ ਤਾਂ ਨਾ ਇੱਧਰ ਤਾਂ ਨਹੀਂ ਆ ਗਏ ਭੂਤ ਕਿਤੇ ਤੁਹਾਡੇ ਦਿਨੇ ਤੜਕੇ ਇੱਥੇ ਚੱਪਲਾਂ ਘਸਾਉਂਦੇ ਜਾਣਗੇ ਫੇਰ ਆਖਣਗੇ ਮੰਮੀ ਮਹੀਨਾ ਨਹੀਂ ਕੱਢੀਆਂ ਹੱਲ ਜਿਸਕੀ ਜੁਸਕੀ ਕਿਆ ਭੋਰੀ ਜਾਂਦੇ ਆ ਸਰਾਣਾ ਕਾਹਤੋਂ ਰੱਖਿਆ ਇੱਥੇ ਪਾਉਂਗੇ ਭੂਤ ਨੂੰ ਸਰਾਣਾ ਦੇ ਕੇ
पाओ भाजी हल ये च आ गया यार दही करी जाता दिमाग का लाओ चलो चल आने 33 मिनट भाई डर तो लगता पे बहुत ज्यादा भैया नहीं कुछ भैया कह रहे हैं डर लगता ई भोरी जन्ने कुछ कर भूत ही नहीं आता मोमबत्ती पिंगर जान गए मिला दो तेन कुछ तो हो रहा है चलो हिमानी बने विकराल घबराल भूत मुंडे जे है हिमानी अमन फड़ ला पर हां एक चीज है देखो आप कह दें भूत है कह दें कि सिक्के का जो हैड है टेल है रब भूत भी है भूत नहीं होंगे भटकियां आत्मा कह लो या कुछ भी कह लो इदा होंगे ठीक है पर वो थोड़ा कोई नुकसान नहीं कर सकती मेरे हिसाब से यह है हाँ थोड़ा ध्यान कन्वर्ट कर सकती है थोड़ी कार के मोहरे आऊगी कार तुम आप दरख्त च मारोगे आए ना आखियो भी हूँ स्टीयरिंग फड़ लिया मैंने फड़ाया नहीं इदा इन्ना भी नहीं होंगे जितों तक मैं गल्ला सुनी है तो वो चीज़ा अपने मूहरे आ जाए कदे या अपन दिख जा अपने मन च ही वो चीज़ा बह जाए अपन इन भी नहीं दिखदी जिन्नी अपना मन वेख लें ऐ कुछ होंगे सिस्टम पर ये चीजा होंगे जरूर इन्ना मैनू कन्फर्म आ गुड आ पर ये तो मोमबत्ती वाला काम तो घूसा है ना कहते मैनू कित पछाव आई जाता जाना मैं वाशरूम आया मैं अल ओहो ना दरंग करा लियो तुसी भूत दे चक्करां च ठीक है ले रब्बा मेरे आ दोनों जने बुलाओ कठे बुलाओ छेती बुलाओ भूत जे तो है कठे बा दो ता आ जा भूत जे तो है ता आ जा भूत जे तो है ता आ जा भूत जे तो है ता आ जा भूत तीन बारी फूंक मार ली कौंचू जी ने हजे तक मोमबत्ती नहीं बुझी उहदे कोलों की करूगा जिंदगी च ये मोमबत्ती बुझाउण ते लक बन्ने आया बेचारे ने चलो बुझी नहीं इशारा दे इशारा दे भैया भैया ने सूत आया दा अल्ले होर गल्लां दी गल्लां सब कुछ हो जाए पर हिमानी दे वाल नहीं जाने चाहिए और मैनू समझ नहीं आती जिन्हें कुड़ी चंडीगढ़ चल जाती वाल कहता खुल जाते हैं कि चक्कर है पोल्यूशन घट आ उत्थे कि थोड़े हिसाब से जो वाल खोलोगे तो थोड़ा मतलब य नहीं आखता कि खोलने माड़े आ खोलो पर आपके शहर तो खोल दी ने उत्थे जाके मिट च वाल सैट कर ला पहला बइयां तेरा गल चलो बइयां मैगी तो खा लें बोर करी जाने तो कम औखा जासर? ले जासर?
चल गुदगुदी कर घरे नहीं जाना आपदे उठो उठो भैया उठो उठो ओहो सिर भन्ना हो जाता पीछे उठो उठो जस 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 देख ला किड्डे घूसे है चल एक परसेंट मान ला प्रैंक करी जांदा चौंकड़ियां तो खोल लो आपदियां ओ आराम ना बैठी है मानिया करके ऊं बइयां बइयां करदी सारी दिहाड़ी उठ के ठा उहनूं मार दो चांटे मुंह ते उठू अगला बइयां बाल ना साड़ ली मोमबत्ती ना दे उठो उठो चलो मानी भी एक्टर ही है मजाक तो नहीं कर रहे भैया मजाक तो नहीं कर रहे यार ये मजाक नहीं चंगा होता उठो जो मजाक कर रहे तो प्लीज छोड़ दो उठो उठ जाओ चलो सराना नहीं जाना चाहिए चोली चो उठना भी नहीं चाहिए राणा बैठी है जो उठे के बंदे भी भजन मजन यार पता नहीं की हो गया ठाउन एना लक्षण ना प्रैंक वाले जड़े ना तो ब्लॉक काम दे रहे ना प्रैंक काम दे रहे है उठ खड़े गया चलो जोर नींदरे ने पाया जट सो गया ओ कुसी पोरदा सी ओदे को पुरी नी ओ मोमबत्ती भजाउंदा सी फुक्का मार मार के बुझी नी तो फिर ओ जान के डिग पिया ल आया नी गोस्ट ओ भी पाजे अजा यार एक मैं वेखी सी फिल्मां च हुंदा ना जिवें भूत आ जांदा हुंदा खड़का हुंदा बुढ़िया ही पुछी जानियां कौन है अरे कौन है अरे कौन है वहां तुरिया जाएंगी मगरी तुरी जाएंगी होंगे फिल्मों से इदा मैं किसी की स्टैंड अप कमेडी वेखी सी पता नहीं किने गल की इदा ही तुरिया जाएंगी बंदा तुरया जाता जंगलों तुरया जाता जंगलों भी करी जाएंगी अरे कौन है उस वृक्ष के पीछे पीछे कौन है उसके पीछे भूत आखदा गल ही नहीं मुकदी इन्हों लहू पीनी है जी चलो बइया फुका मार मार बुझी नहीं हाथ मार के बजाती चलो सारिया बजा दे बाकी भी हम पाओ मैगी मोमबत्ती कट के बार बजे चलो वाकई सही आई है वापस आया आया हिमानी को पढ़े लिखे हो तुसी आ की लच्छन खिलारी जन्ने हो यार तेन क्यों पता पहला आया तेरे च भूतिया से पक्का भूत भी माइंड कर सकता कि यार जमा ही पकाई मरदे सो बोरिंग
ਹੁਣ ਮੈਨੂੰ ਗਾਂ ਤਾਂ ਪਤਾ ਨਹੀਂ ਕੀ ਲੱਛਣ ਖਲਾਰਨਗੇ ਪਰ ਆ ਕੁਡਾਇਆ ਜਾ ਰਿਹਾ ਹੈ ਨਹੀਂ ਚਲ ਇਸ਼ਾਰਾ ਦੇ ਇਸ਼ਾਰਾ ਕੁਰਸੀ ਤੇ ਬੈਠਾ ਹੈ ਹਿਮਾਨੀ ਮਜ਼ਾਕ ਉਡਾ ਰਹੀ ਹੈ ਮੈਨੂੰ ਨੀਂਦ ਨਹੀਂ ਆ ਰਹੀ ਰਾਤੀ ਹਿਮਾਨੀ ਮਜ਼ਾਕ ਉਡਾ ਰਹੀ ਹੈ ਨਹੀਂ ਉਡਾ ਰਹੀ ਨਹੀਂ ਚੁੱਪ ਕਰਕੇ ਸੁਣੋ ਆਵਾਜ਼ ਧਿਆਨ ਨਾਲ ਕੋਈ ਇਸ਼ਾਰਾ ਹੋ ਰਿਹਾ ਹੈ ਮੈਂ ਬੱਚੇ ਨੇ ਭਜਾ ਦੀ ਇਹਦੀ ਹੁਣ ਕੋਲੇ ਕੋਲੇ ਜੋਈ ਜਾਂਦਾ ਚੱਲ ਹਿਮਾਨੀ ਓਏ ਚੱਪਲ ਚੱਕ ਲੈ ਪਹਿਲਾਂ ਮੋਮਬੱਤੀਆਂ ਘੁੱਟੇ ਇਹਨਾਂ ਦੀਆਂ ਕੀ ਸਟੀਲ ਦੀਆਂ ਥਾਲੀਆਂ ਰੱਖੀ ਬੈਠੇ ਹੋ ਦੱਸ ਕੋਈ ਥੱਲੇ ਮੋਮਬੱਤੀ ਰੱਖਣ ਤਾਂ ਕੀ ਹੁੰਦਾ ਸੀ ਮੋਮ ਪਿੰਗਰ ਦੀ ਸੀ ਦੱਸ ਕੀ ਲੱਛਣ ਯਾਰ ਚਲੋ ਲਾ ਕੇ ਰੱਖ ਦੇ ਉਹ ਵੇਖਦੇ ਪਈਏ ਕੀ ਲੱਛਣ ਖਿਲਾਰੀ ਜਾਂਦਾ ਇੰਨਾ ਤਾਂ ਹੈ ਨਹੀਂ ਸੀ ਪ੍ਰੈਂਕ ਚ ਜਿੰਨਾ ਕਰੀ ਜਾਂਦਾ ਟੂ ਓਵਰ ਕਰੀ ਜਾਂਦਾ ਚਲੋ ਮੋਮਬੱਤੀ ਬਝਾਊਗਾ ਜਿੱਥੇ ਤੱਕ ਮੇਰਾ ਖਿਆਲ ਹੈ ਚਿੱਟੇ ਪੈਰ ਪੁੱਠੇ ਤਾਂ ਸੁਣੇ ਸੀਗੇ ਗੱਲ ਹੱਟੀ ਉਹਨੇ ਪੱਕਾ ਭੂਤਾਂ ਲਈ ਆ ਮੈਨੂੰ ਐਂ ਲੱਗਦਾ ਗੇਮ ਵਾਲੀ ਲੈਵਲ ਨਹੀਂ ਪਾਰ ਕਰਦੇ ਹੁੰਦੇ ਪੋਟੀ ਹੁਣ ਚੱਲੀ ਜਾਂਦੀ ਹੈ ਮਗਰ ਆਊਗਾ ਭੂਤ ਕਿ ਨਹੀਂ ਆਉਂਦਾ ਇੰਨੇ ਨੂੰ ਤਾਂ ਪ੍ਰਾਹੁਣੇ ਰੋਟੀ ਖਾ ਕੇ ਮੁੜ ਜਾਂਦੇ ਤੁਹਾਡਾ ਭੂਤ ਹੀ ਨਹੀਂ ਆਇਆ ਮਤਲਬ ਪ੍ਰੈਂਕ ਕਦੋਂ ਖਤਮ ਹੋਊਗਾ ਚਲ ਧਿਆਨ ਕਨਵਰਟ ਕਰਦਾ ਸੀ ਇੱਧਰ ਉੱਧਰ ਨੂੰ ਹਿਮਾਨੀ ਦਾ ਜਿਵੇਂ ਹਿਮਾਨੀ ਦੋ ਮਿੰਟ ਵੇਖ ਕੇ ਨਾਲ ਦੀ ਨਾ ਵੇਖ ਲੈਂਦੀ ਸੀ ਵੀ ਕੀ ਹੁੰਦਾ ਪਿਆ ਕੀ ਹੁੰਦਾ ਪਿਆ ਉਹਨੂੰ ਟਾਈਮ ਨਹੀਂ ਮਿਲਦਾ ਸੀ ਮੋਮਬੱਤੀ ਭਜਾਉਣ ਦਾ ਫਿਰ ਉਹ ਕਹਿੰਦਾ ਮੁੰਗਲ ਨਾਲ ਹੀ ਭਜਾ ਦਿੰਦਾ ਸਾਹਮਣੇ ਇਹਨਾਂ ਦੇ ਬੋਲੀ ਕਦੋਂ ਜਾਂਦੇ ਉਹ ਦਿਲ ਲੱਗਦੇ ਆ ਬਾਥਰੂਮ ਆਇਆ ਲੈ ਚਲੋ ਬਾਥਰੂਮ ਗਿਆ ਹੋਣਾ ਭੂਤ ਜਾਂ ਪੈਰ ਧੋਈ ਜਾਂਦਾ ਹੁਣ ਮੇਰੇ ਹਿਸਾਬ ਨਾਲ ਤਾਂ ਇਹ ਲੱਛਣ ਹੀ ਹੈ ਗਾਂ ਤਾਂ ਵੀ ਗਾਂ ਪਤਾ ਨਹੀਂ ਕੀ ਹੋਊਗਾ ਸੋ ਬੋਰਿੰਗ ਸੀਗਾ ਬਾਕੀ ਹਿਮਾਨੀ ਮੈਂ ਸੁਣਿਆ ਤੇਰਾ ਕਿਸੇ ਨਾਲ ਕਲੇਸ਼ ਚੱਲੀ ਜਾਂਦਾ ਜਲਦੀ ਲਬੇੜ ਲਾ ਜ਼ਰੂਰੀ ਉਹ ਵੀ ਲਬੇੜਨਾ ਹਨਾ ਪ੍ਰਮੋਸ਼ਨ ਬਹੁਤ ਜ਼ਿਆਦਾ ਕਰਦੇ ਆ ਬੱਚੇ ਇਹ ਪੈਸੇ ਲੈ ਕੇ ਚਲੋ ਕੋਈ ਗੱਲ ਨਹੀਂ ਯਾਰ ਪ੍ਰਮੋਸ਼ਨ ਕੀਤੀ ਨਹੀਂ ਫਿਰ ਤੂੰ ਕੀ ਕਰਤੀ ਪਤਾ ਨਹੀਂ ਕਾਹਦਾ ਕਰੂਗੀ ਸੋ ਅਕਾਊਂਟ ਵੀ ਸੇਲ ਕਰਦੇ ਆ ਸੋ ਓਕੇ ਜੀ ਬਾਬੇ ਮਿਲਦੇ ਫਿਰ ਅਗਲੇ ਗੱਲਾਂ ਬਾਤਾਂ ਦੇ ਰੋਮਾਂਚਕ ਭੂਤੀ ਆ ਸੀਰੀਜ਼ ਦੇ ਵਿੱਚ ਭੂਤ ਤਾਂ ਆਇਆ ਨਹੀਂ ਆ ਚੱਕੋ ਮੋਮਬੱਤੀਆਂ ਜਿਹੀਆਂ ਗੰਦ ਪਾਇਆ ਪਲੇਟਾਂ 'ਚ ਧਰੀ ਫਿਰਦੇ ਆ ਦੱਸ ਚੌਲ ਖਾਣੇ ਇਹਨਾਂ 'ਚ ਰੱਖ ਕੇ ਸਬਸਕ੍ਰਾਈਬ ਕਰ ਦਿਓ ਚੈਨਲ ਇੰਸਟਾ ਸਨੈਪਚੈਟ 'ਤੇ ਅੱਗੇ ਜਾ ਕੇ ਮੈਨੂੰ ਐਡ ਕਰ ਲਿਓ ਯਾਰ ਕੀ ਕਰਾਂ ਬਣਾਉਂਦੇ ਹੀ ਬੋਰਿੰਗ ਕੰਮ ਹੈ ਹੁਣ ਮੈਂ ਕਰਾਂ ਸਾਰੇ ਹੀ ਬੇੜਾ ਕਰਕੇ ਕਰੀ ਜਾਂਦੇ ਵਲੋਗਿੰਗ ਦਾ ਕੀ ਯਾਰ ਜਮਾ ਇਹਨਾਂ ਭੂਤ ਤੂੰ ਆ ਜਾ ਪਲੀਜ਼ ਕਮ ਗਾਇਸ ਯਾ ਆਰ ਯੂ ਕਲੀਨਿੰਗ ਯੂਰ ਪੀਟ ਐਗਜ਼ਾਮਸ ਗਲੀਆਂ ਦੀ ਨੌਲੇਜ ਬਥੇਰੀ ਜੱਟ ਨੂੰ ਨਹੀਂ ਹਲੇ ਲਿਖਦਾ ਨਹੀਂ ਗਾਣੇ ਮੈਂ ਕਿਤਾਬਾਂ